ਜ਼ਿਲ੍ਹਾ ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਇੱਕ ਬਜ਼ੁਰਗ ਦਾਦੀ ਦਾਦੇ ਦਾ ਪੋਤਰਾ ਜੋ ਕਿ ਦੇਸ਼ ਦੀ ਸੇਵਾ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਸੀ ਉਸ ਦੀ ਨਾਜਾਇਜ਼ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੱਲਬਾਤ ਕਰਦੇ ਹੋਏ ਮ੍ਰਿਤਕ ਦੀ ਦਾਦੀ ਅਤੇ ਦਾਦੇ ਨੇ ਦੱਸਿਆ ਕਿ ਸਾਡਾ ਪੋਤਰਾ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਆਪਣੀ ਪਤਨੀ ਦੇ ਨਾਲ ਕੁਝ ਮਾਮੂਲੀ ਜਿਹਾ ਝਗੜਾ ਹੋਣ ਕਰਕੇ ਉਸ ਦੇ ਸਹੁਰੇ ਪਰਿਵਾਰ ਨੇ ਉਸ ਉੱਪਰ ਚੌਂਕੀ ਕੰਗ ਵਿਖੇ ਦਰਖਾਸਤ ਦੇ ਦਿੱਤੀ ਉਸ ਦਰਖਾਸਤ ਨੂੰ ਲੈ ਕੇ ਚੌਂਕੀ ਇੰਚਾਰਜ ਨਿਰਮਲ ਸਿੰਘ ਏਐਸਆਈ ਸਾਨੂੰ ਡਰਾਉਣ ਧਮਕਾਉਣ ਲੱਗ ਪਿਆ ਪੈਸਿਆਂ ਦੀ ਮੰਗ ਕਰਨ ਲੱਗ ਪਿਆ ਜਿਸ ਦੀ ਕੰਪਲੇਂਟ ਅਸੀਂ ਸਾਰੇ ਅਫਸਰ ਸਹਿਬਾਨਾਂ ਨੂੰ ਦੇ ਦਿੱਤੀ ਜਿਸ ਵਿੱਚ ਲਿਖਿਆ ਸੀ ਕਿ ਸਾਨੂੰ ਨਿਰਮਲ ਸਿੰਘ ਕੋਲੋਂ ਜਾਨ ਮਾਲ ਦਾ ਖਤਰਾ ਹੈ ਪਰ ਪੁਲਿਸ ਨੂੰ ਦਿੱਤੀ ਦਰਖਾਸਤ ਦਾ ਕੋਈ ਅਸਰ ਨਾ ਹੋਇਆ ਅਤੇ ਨਿਰਮਲ ਸਿੰਘ ਨੇ ਮੇਰੇ ਪੋਤਰੇ ਨੂੰ ਚੌਂਕੀ ਵਿੱਚ ਲੈ ਜਾ ਕੇ ਉਸ ਦੀ ਨਾਜਾਇਜ਼ ਤੌਰ ਤੇ ਕੁੱਟਮਾਰ ਕੀਤੀ ਜਿਸ ਨਾਲ ਉਸ ਦੀ ਤਰਨ ਤਾਰਨ ਦੇ ਸੁਖਮਨ ਹਸਪਤਾਲ ਵਿੱਚ ਮੌਤ ਹੋ ਗਈ ਸਾਡੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਸੀ ਜਿਹੜਾ ਨਿਰਮਲ ਸਿੰਘ ਦੀ ਕੁੱਟਮਾਰ ਕਰਨ ਕਰਕੇ ਸਾਡੇ ਕੋਲੋਂ ਚਲਾ ਗਿਆ ਹੁਣ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ मेरा जी नहीं लगा सर यार मेरे पास ना बच गया ही यार अनु तो अभी टूट भी ना गई रोटी नहीं खाती तेरे नाल दे प्रतीक गल खेल गए ਗੁਰਮੀਤ ਕੌਰ ਕਿਹੜਾ ਪਿੰਡ ਚ ਆਪਾਂ ਕੰਗ ਜੀ ਹਾਂਜੀ ਕੀ ਗੱਲ ਹੋਈ ਹੈ ਸਾਰੀ ਜਿਹੜੀ ਘਰੇਲੂ ਹੀ ਝਗੜਾ ਹੈ ਦੋਵਾਂ ਜੀਆਂ ਦਾ ਉਹਨੇ ਪਹਿਲੋਂ ਤੇ ਇੱਕ ਦਿਨ ਆਪਣੇ ਸਵਰੇ ਨੂੰ ਚੁਕਾਇਆ ਇਹਨੂੰ ਵਿਚਾਰੇ ਨੂੰ ਕੁੱਟਿਆ ਅਗਲੇ ਦਿਨ ਇਹਨੂੰ ਚੁਕਾ ਦਿੱਤਾ ਘਰ ਵਾਲੇ ਉਹਨੇ ਬਹੁਤ ਕੁੱਟਮਾਰ ਕੀਤੀ ਤਕਾਲੀ ਮੁੜ ਕੇ ਸਾਨੂੰ ਹਨੇਰੇ ਜੇ ਫੋਨ ਕਰਤਾ ਵੀ ਆਪਣਾ ਮੁੰਡਾ ਲੈ ਜਾਓ ਅਤੇ ਮੈਂ ਇਹਨੂੰ ਆਪਣੇ ਘਰ ਵਾਲੇ ਨੂੰ ਆਖਿਆ ਜਾ ਭੱਜ ਕੇ ਤੂੰ ਲੈ ਆ ਮੈਂ ਇੱਥੋਂ ਨਹੀਂ ਜਾਇਆ ਜਾਣਾ ਇਹ ਲੈ ਆਇਆ ਇਹਨੂੰ ਆਉਂਦਾ ਵੀ ਸਵੇਰੇ ਫਿਰ ਕਰਾ ਜੀ ਨਹੀਂ ਤਾਂ ਮੈਂ ਇਹਦੀ ਆ ਜਾਣੀ ਜੇ ਨਾ ਪੇਸ਼ ਹੋਇਆ ਤਾਂ ਇੱਕ ਨੇ ਝੂਠਾ ਬਣਾਇਆ ਵਾ ਅਲਟਰਾਸਾਊਂਡ ਇੱਕ ਨੇ ਫਾਰਮ ਭਰਿਆ ਵਾ ਝੂਠਾ ਹੀ ਬਣਾਇਆ ਵੀ ਬੱਚੇ ਨੂੰ ਅੰਦਰ ਖਤਰਾ ਵਾ ਅਤੇ ਬੱਚਾ ਬੜਾ ਸੋਹਣਾ ਹੋਇਆ ਵਾ ਉਹਦੇ ਵਿੱਚ ਇਹਨੇ ਅਗਲੇ ਦਿਨ ਮੌਤ ਹੋ ਗਈ ਉੱਥੋਂ ਆ ਕੇ ਅਸੀਂ ਫਿਰ ਥਾਣੇ ਲੱਭਣ ਗਏ ਹਾਂ ਵੀ ਥਾਣੇ ਹੋਣਾ ਥਾਣਿਓਂ ਲੱਭਾ ਨਹੀਂ ਗਾ ਲੱਭਦਾ ਡਿੱਗਦਾ ਢਿੰਦਾ ਪਤਾ ਨਹੀਂ ਕਿੱਥੋਂ ਆਇਆ ਉਹ ਹੀ ਛੱਡ ਗਿਆ ਕੀ ਹੋਇਆ ਕੀ ਮੁੜ ਕੇ ਸੁਖਮਨਾ ਹਸਪਤਾਲ ਗਏ ਹਾਂ ਉੱਥੇ ਸਾਡੀ ਦਮ ਤੋੜ ਗਿਆ ਕੋਈ ਗੱਲ ਨਹੀਂ ਕੀਤੀ ਥਾਣੇਦਾਰ ਉਹਦੇ ਵਜੂਦ ਦੇ ਵਿੱਚ ਹੀ ਸਾਡਾ ਬੱਚਾ ਖਤਮ ਹੋ ਗਿਆ ਥਾਣੇਦਾਰ ਦੀ ਵਜੂਦ ਪੈਸਿਆਂ ਦੀ ਮੰਗ ਕੀਤੀ ਮੈਨੂੰ ਆਂਦਾ ਪੈਸੇ ਤੂੰ ਦੇ ਨਹੀਂ ਸਕਦੀ ਪੈਸੇ ਮੈਂ ਕਿਹਾ ਮੇਰੇ ਕੋਲ ਤਵੀਰ ਨਹੀਂ ਹੈਗਾ 10-20 ਹਜ਼ਾਰ ਮੈਨੂੰ ਦੇ ਅਤੇ ਤੇਰੇ ਵੱਲ ਤਾਂ ਤੇਰੇ ਪਿੰਡ ਦੇ ਬੰਦੇ ਵੀ ਹੈ ਨਹੀਂ ਜੇ ਪੈਸੇ ਨਹੀਂ ਤੂੰ ਦਿੰਦੀ ਤਾਂ ਬੰਦੇ ਵੀ ਹੈ ਨਹੀਂ ਇਹੋ ਜਿਹੇ ਮੈਨੂੰ ਮਿਹਣੇ ਦਿੰਦਾ ਰਿਹਾ ਵਾ ਥਾਣੇਦਾਰ ਬਹੁਤ ਹਾਂ ਫਿਰ ਮੈਨੂੰ ਆਉਂਦਾ ਰਿਹਾ ਤੂੰ ਕਿਹੜਾ ਪਤਾ ਲੈਣ ਗਈ ਆਪਣੀ ਨੂੰਹ ਦਾ ਮਗਰ ਮੈਂ ਗਿਆ ਗੱਡੀ 'ਤੇ ਜਿੱਦਣ ਝੂਠਾ ਅਲਟਰਾਸਾਊਂਡ ਕਰਵਾ ਕੇ ਲਿਆਇਆ ਇੰਨੀਆਂ ਗੱਲਾਂ ਮੇਰੇ ਨਾਲ ਕਰਦਾ ਰਿਹਾ ਵਾ ਥਾਣਾ ਹਾਂਜੀ ਅਸੀਂ ਮੰਗ ਇਹ ਕਰਦੇ ਮਹਾਰਾਜ ਵੀ ਮੇਰੇ ਵੀਰ ਦਾ ਜਿਹਨੇ ਕਤਲ ਕੀਤਾ ਉਹ ਵੀ ਆਪਣੀ ਸਜ਼ਾ ਭੁਗਤੇ ਇਹ ਥਾਣੇਦਾਰ ਕਿਉਂ ਨਹੀਂ ਸਜ਼ਾ ਭੁਗਤੀ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਬਹੁਤ ਚਿੱਠੀਆਂ ਹੀ ਪਾਈਆਂ ਬਹੁਤ ਚਿੱਠੀਆਂ ਪਾਈਆਂ 1.5-2 ਮਹੀਨੇ ਹੋ ਗਏ ਮੈਂ ਚਿੱਠੀਆਂ ਹੀ ਪਾਉਣ ਡਈ ਹਾਂ ਪਹਿਲੋਂ ਪਾਈ ਆ ਤਾਂ ਨਹੀਂ ਆਈ ਜੀ ਦੇ ਦਫ਼ਤਰ 'ਚੋਂ ਵੀ ਹੋ ਕੇ ਆਏ ਫਿਰੋਜ਼ਪੁਰ ਪਰਸੋਂ ਕੋਈ ਅੰਗੂਠੇ ਗੱਠੇ ਵੀ ਕਿਤੇ ਲਾਏ ਜਾਂ ਸਾਈਨ ਕੀਤੇ ਕਿਤੇ ਅੰਗੂਠੇ ਉੱਥੇ ਲਵਾਇਆ ਵੀ ਲੈ ਜਾਓ ਚੱਡੀਆ ਲੋਥ ਖਰਾਬ ਹੋਊਗੀ ਉੱਥੋਂ ਪਾਚੜ ਕੇ ਲਵਾਏ ਆ ਕੋਈ ਸਾਡੇ ਕੋਲ ਹੋਰ ਬਿਆਨ ਨਹੀਂ ਲਏ ਦਵਾ ਦਵਾ ਅੰਦਰ ਹੀ ਪਤਾ ਨਹੀਂ ਕੀ ਕਰ ਲਿਆ ਮੈਂ ਕਸ਼ਮੀਰ ਸਿੰਘ ਕਾਂਗਿਆ ਜੀ ਕੀ ਗੱਲ ਹੋਈ ਜੀ ਤੁਹਾਡੇ ਪੋਤਰੇ ਦੀ ਇਹ ਗੱਲ ਜੀ ਹੈ ਤੂੰ ਥਾਣੇਦਾਰ ਲੈ ਗਿਆ ਫੜ ਕੇ ਘਰ ਦੇ ਇੱਥੇ ਨਹੀਂ ਤਕਾਲਾਂ ਤੱਕ ਬਾਲ ਛੱਡਿਆ ਉਹਨਾਂ ਨੇ ਫਿਰ ਉਹਨਾਂ ਨੇ ਫੋਨ ਕੀਤਾ ਮੁੰਡਾ ਲੈ ਜਾਓ ਆਪਣਾ ਅਤੇ ਅਗਲੇ ਦਿਨ ਬਾਪੂ ਜੀ ਪੇਸ਼ ਕਰਾ ਕੇ ਜਾਣਾ ਨਹੀਂ ਤਾਂ ਤੁਹਾਨੂੰ ਬਾਲ ਲੈਣਾ ਚਿੱਤਰਾ ਡਾਰੂ ਮੈਂ ਤੁਹਾਡੇ ਆਉਣਿਆਂ ਨੇ ਹਾਂਜੀ ਮੈਂ ਛੱਡ ਗਿਆ ਸਵੇਰੇ 7 ਵਜੇ ਮੈਂ ਅੰਦਰ ਵਾਰਡ ਆਇਆ ਆਉਂਦਾ ਚੰਗੇ ਪਾਪਾ ਜਾ ਤੂੰ ਦੁਕਾਨ ਲਾ ਜਾ ਕੇ ਹਾਂਜੀ ਅਸੀਂ ਬੰਦੇ ਲੱਭਣ ਡੇ ਪਏ ਹਾਂ ਅਤੇ ਮੁੜ ਕੇ ਜਾ ਕੇ ਵੇਖਿਆ ਥਾਣੇ ਦੇ ਉੱਥੇ ਮੁੰਡਾ ਹੈ ਨਹੀਂ ਸਾਡਾ ਡਿੱਗਦਾ ਢਿੰਦਾ ਪਤਾ ਨਹੀਂ ਮੁੜ ਕੇ ਕਿੱਥੋਂ ਆਇਆ ਕਿ ਕੀ ਖਵਾਤਾ ਥਾਣੇਦਾਰ ਨੇ ਘਰ ਆ ਗਏ ਅਤੇ ਵੇਖਿਆ ਲੱਟ ਪਟਾ ਨੇ ਇਹ ਬਾਅਦ ਦੇ ਵਿੱਚ ਮੁੜ ਕੇ ਖੜਿਆ ਉੱਥੇ
सुखमिया हस्पताल खड़िया उत्थे जाके दम तोड़ता उन्हें ठानदार ने किया कि ठानदार ने धमकियां दिंदा रहा उन्हें किया सब कुछ नरमल सिंह अंदर चाहते सजा भुगनी चाहिए उन्होंने कि ना किस तरह कोई साडा मसला होना चाहिए साडा कोई सहारा नहीं है ना कहे जोगे नहीं दोवे जी सू तो वह रोटी साडा बच्चा ही दिता है हाँ जी सी आर पी की भर्ती हो गया जी फिट फाट हो गया चिट्ठी आने वाली मेरा नाम रजीत सिंह रिंकू मैं अज मैं पता लगा मैं वाल्मीकि समाज तो बिलोंग करदा तरन तरन तो प्रधान भी हाँ अज मैं पता लगा कि एक बजुर्ग परिवार के नाल दलित परिवार के नाल धक्का होया तो मैं समझना बड़ी मंदभागी गल हुई है तो जिस तरह इन्हां दे लड़के नूं ले खड़ के पुलिस ने कुटमार करके जां उस दे नाल कोई धक्केशाही करके तो उहदा कतल किया गया इस जिहड़ा बजुर्गां दा आसरा सी उहनूं इन्हां तों दूर किया गया इत्थों निर्मल सों जिहड़ा चौंकी इंचार्ज आ दोवां जीआं दे झगड़े दे विच इस मुंडे नूं काफ़ी दिनों तो हरास दे विच रखिया कुटमार कीती इस तरह ही मैं समझदा कि तरन तारण के अंदर जिन्हें भी दलित भाईचारे के नाल धक्के हो रहे हैं इस तरह ही थोड़े दिन पहला लालपुरा के अंदर एक दलित परिवार के लड़के नूं बड़ी बेरहमी के नाल कतल किया गया इस तरह ही पिंड दुग्गलवाला दे विच एक ऐसी परिवार के नाल जातिवाद करके एक कल्ला घर जिमीदार ऐसिया का होने करके सारे घर जिमीदार होने करके जिस तरह नाल इलाके तरह तरह जिले के अंदर दलितों के नाल धक्का हो रहा या दलितों के नाल यहोजियां घटनावां हो रही उत्थे जिहड़ा पुलिस प्रशासन आ जिन्हां ने रक्षा करनी है वह यहोजे अज जिहड़ा बच्चा 18 साल का बच्चा जिहड़ा भर्ती वेख चुका जिन्हों कोई नशे की डोज नहीं जिहड़ा थोड़े दिनों तक ही अपने दादी वास्ती ते दादे वास्ते एक बड़ी वधिया जिंदगी जिहड़ी बतीत उन्हां नूं करवाउणा चाहुंदा सी उन्हूं खत्म कर दिता गया मैं समझदा कि सिर्फ तो सिर्फ इत्थों दे जिहड़ा प्रशासन है उहदी नकेली है मैं तरन तारण एस पी साहब नूं फोन बेनती करदा कि इन्हां लोकां दलितां नाल जो इदां धक्के हुंदे रहे तो कुछ समा कुछ ज़्यादा नहीं जिथे दलित समाज पूरा इस काम के वास्ते संघर्ष करेगा तो इन्हां लोकां नूं इंसाफ दिवाउण वास्ते हर तरह का उपराला करांगे। भारत विच पहली बार शुद्ध जल लंगर सेवा शुरू प्योर वाटर हेल्थी लाइफ NGO आस्ट्रेलिया वालों भारत के पिंडां विच हर वर्ग नूं पीण वाला शुद्ध पानी मुहैया करवाउण दी मुहिम पंजाब दे जिला शहीद भगत सिंह नगर दे पिंड परो मजारा राणुआ तो शुरू NRI ते दानी सज्जना नूं अपील के आओ देशवासियां नूं पीण वाले पानी तो लगण वालियां 80% बीमारियां जिवें टाइफाइड पेट गैस पीलिया जोड़ां दा दर्द कब्ज बुखार ते कैंसर तो बचाइए सलाह ते सहयोग करन लई संपर्क नंबर परमजीत सिंह राणा पंजाब 7009807083 अते रघुवीर सिंह आस्ट्रेलिया 0427569463।